ਸਤਿਗੁਰ ਸਾਰਿਆਂ ਨੂੰ ਵੈਲਕਮ ਬੈਕ ਟੂ ਆਰ ਚੈਨਲ। ਸੋ ਜਿਨ੍ਹਾਂ ਨੇ ਹੁਣ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਯਾਨੀ ਕਿ ਹਬੀ ਵਾਈਫੀ ਢਿੱਲੋਂ ਦਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਹੁਣੇ ਜਾ ਕੇ ਸਬਸਕ੍ਰਾਈਬ ਬਟਨ ਕਲਿੱਕ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲੈਣ। ਅਤੇ ਜਿਨ੍ਹਾਂ ਨੇ ਲਾਈਕ ਕਮੈਂਟ ਕਰਨਾ ਹੋਵੇ ਉਹ ਵੀ ਤੁਸੀਂ ਕਰ ਸਕਦੇ ਹੋ। ਸੋ ਸਾਡੀ ਵੀਡੀਓਜ਼ ਨੂੰ, ਸਾਡੇ ਵਲੌਗਸ ਨੂੰ ਇੰਨਾ ਸਾਰਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਅਤੇ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਸੌਰੀ ਬੋਲ ਦੇਵਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰੀ ਜੌਬ ਹੈ, ਮੇਰਾ ਵਰਕ ਹੈ। ਸੋ ਇਸ ਕਰਕੇ ਸਾਡੇ ਵਲੌਗਸ ਥੋੜ੍ਹੇ ਜਿਹੇ ਲੇਟ ਹੋ ਰਹੇ ਆ, ਥੋੜ੍ਹੇ ਜਿਹੇ ਨਹੀਂ, ਥੋੜ੍ਹੇ ਜ਼ਿਆਦਾ ਹੀ ਲੇਟ ਹੋ ਰਹੇ ਆ। ਸੋ ਤੁਹਾਡੇ ਸਾਰਿਆਂ ਦੇ ਬਹੁਤ ਸਾਰੇ ਮੈਸੇਜਸ ਆਉਂਦੇ ਆ ਕਿ ਵਲੌਗ ਤੁਸੀਂ ਛੇਤੀ ਪਾਇਆ ਕਰੋ, ਤੁਸੀਂ ਡੇਲੀ ਵਲੌਗਿੰਗ ਨਹੀਂ ਕਰਦੇ ਹੈਗੇ। ਸੋ ਸਾਡੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਵੀ ਆਪਾਂ ਲਾਈਫ 'ਚ ਕਰ ਰਹੇ ਹਾਂ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ। ਸੋ ਹੁਣ ਆਪਾਂ ਪੂਰੀ ਪੂਰੀ ਕੋਸ਼ਿਸ਼ ਕਰਾਂਗੇ ਕਿ ਟਾਈਮ ਟੂ ਟਾਈਮ ਆਪਣੇ ਵਲੌਗਸ ਨੂੰ ਅਪਲੋਡ ਕਰਦੇ ਰਹੀਏ ਅਤੇ ਤੁਹਾਡੇ ਸਾਹਮਣੇ ਲਿਆਉਂਦੇ ਰਹੀਏ। ਸੋ ਅੱਜ ਦਾ ਵਲੌਗ ਬਹੁਤ ਜ਼ਿਆਦਾ ਸਪੈਸ਼ਲ ਆ ਕਿ ਜਿੱਦਾਂ ਆਪਾਂ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਗੁਰੂ ਅਰਜਨ ਦੇਵ ਜੀ ਦਾ ਜਿੱਥੇ ਵਿਆਹ ਹੋਇਆ ਸੀ ਉੱਥੇ ਬਿਲਕੁਲ ਸਾਡੇ ਘਰ ਦੇ ਨੇੜੇ ਆ, ਉੱਥੇ ਹਰ ਸਾਲ ਮੇਲਾ ਲੱਗਦਾ ਆ। ਸੋ ਅੱਜ ਸਪੈਸ਼ਲੀ ਆਪਾਂ ਮੇਲੇ ਦੀ ਵਿਜ਼ਿਟ ਕਰਾਂਗੇ ਅਤੇ ਵਲੌਗ ਦੇ ਥਰੂ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਅਤੇ ਮੇਲੇ ਦੇ ਕਾਫੀ ਸਾਰੇ ਅਲੱਗ ਅਲੱਗ ਰੰਗ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਹੋਪ ਤੁਸੀਂ ਵਲੌਗ ਨੂੰ ਜ਼ਰੂਰ ਪ੍ਰਸੰਨ ਕਰੋ। ਲਓ ਜੀ, ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸਾਹਿਬ, ਮੱਥਾ ਟੇਕਾਂਗੇ ਤੇ ਰੌਣਕ ਮੇਲਾ ਤੁਸੀਂ ਦੇਖੋ, ਕਾਫੀ ਦੂਰ ਦੂਰੋਂ ਆਉਂਦੀ ਹੈ ਨਾ, ਸਾਡੇ ਉੱਧਰ ਰੋਪੜ ਵੱਲ ਵੀ ਕਈ ਆਉਂਦੇ ਆ। ਹਾਂ, ਇੱਥੇ ਯੂਪੀ ਜਾਪੀ ਤੋਂ ਪਤਾ ਨਹੀਂ ਕਿੱਥੋਂ ਕਿੱਥੋਂ ਆਏ ਗਏ, ਪਰਸੋਂ ਹੀ ਸੇਵਾ ਕਰਦੇ ਸੀ ਸਾਡੇ ਨਾਲ ਬੀਬੀਆਂ ਜਿਹੜੀਆਂ ਯੂਪੀ ਦੀਆਂ। ਅੱਛਾ, ਆ ਉਹ ਸਥਾਨ ਆ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਤੀਰ ਮਾਰ ਕੇ ਪਾਣੀ ਕੱਢਿਆ ਸੀ। ਮੈਂ ਪਹਿਲੀ ਵਾਰੀ ਦੇਖਿਆ ਪਤਾ ਇਹ ਆ ਸਥਾਨ ਹੈ, ਆ ਖੂਹ ਹੈ। ਮੇਲੇ ਚ ਮੈਨੂੰ ਸੁੱਕਾ ਹੀ ਤੋਰੀ ਜਾਂਦਾ, ਤੁਸੀਂ ਦੱਸ
ਟੀ ਸ਼ਰਟ ਤੇ ਮੈਂ ਕਿਹਾ ਫੋਟੋ ਬਣਵਾ ਦਈਏ ਦੇ ਕਿੱਥੇ ਰੱਚਦੇ ਕਿੰਨਾ ਆ ਮੁੜ ਕੇ ਉੱਥੇ ਗੱਡੀ ਕਿੱਥੇ ਖੜੀ ਕਰਨੀ ਆਪਾਂ ਦਸ ਰੁਪਏ ਦੀ ਸੇਲ ਲੈਣਾ ਕੋਈ ਦਸ ਦਸ ਰੁਪਏ ਦੀ ਸੇਲ ਹੈ ਜੀ ਦਸ ਰੁਪਏ ਸੇਲ ਸੇਲ ਦਸ ਦਸ ਰੁਪਈਏ ਨੇਲ ਪੋਲਿਸ਼ ਉਹਦੇ ਲਿਪਸਟਿਕਾਂ ਲਪੂਸਟਿਕਾਂ ਔਰ ਦਸ ਦਸ ਰੁਪਏ ਦੀਆਂ ਫਰੂਟੀ ਫਰਾਟੀ ਹੈਗੀ ਤੁਹਾਡਾ ਰਿੰਗ ਜੀ ਚ ਪੈ ਗਿਆ ਬਹੁਤ ਔਖਾ ਪੈਂਦਾ ਦੇਖਣਾ ਪਾ ਕੇ ਨਾ ਵੇਲੇ ਟੈਟੂ ਬਣਾਉਣਾ ਟੈਟੂ ਬਣਾਉਂਦੇ ਇੱਥੇ ਇਹਨਾਂ ਨਾਲ ਮਹਿੰਗੇ ਬੋਲਣ ਇਹਨਾਂ ਨਾਲ ਬਾਰਗੇਨਿੰਗ ਕਰਨੀ ਤਗੜੀ ਭਰ ਲਿਆ ਬੈਗ ਇੱਕ ਇੱਕ ਆਹ ਹੱਥ ਜੇ ਕਿੰਨੇ ਸਾਰੇ ਖਿਡੌਣੇ ਕਿੱਦਾਂ ਮਜ਼ਾ ਹੀ ਜਾਂਦਾ ਇਹ ਕਹਿੰਦੀ ਮੈਂ ਪਹਿਲੀ ਵਾਰੀ ਮੇਲਾ ਦੇਖਿਆ ਇੱਦਾਂ ਦਾ ਮੈਂ ਇੱਕ ਵਾਰੀ ਬੈਠਾ ਹੋਇਆ ਉਹ 'ਚ ਬਸ ਮਜ਼ਾ ਆ ਗਿਆ ਸੀ ਬਹਿ ਕੇ ਗਲਾਸੀਆਂ ਅਤੇ ਗੋਲੀਆਂ ਚਾਂਦੇ ਸਾਰਾ ਕੁਛ ਮਿਲਦਾ ਜੀ ਏ ਟੂ ਜ਼ੈਡ ਮੇਲੇ 'ਚੋਂ ਗਰਮੀ ਆ ਤਾਂ ਫਿਰ ਕੀ ਹੋ ਗਿਆ ਟੈਟੂ ਵੀ ਬਣਾਉਂਦੇ ਆ ਉਹ ਦੇਖੋ ਸਾਹਮਣੇ ਸਾਹਮਣੇ ਹਾਂ ਟੈਟੂ ਇਹ ਹੱਬੀ ਵਾਸ਼ੀ ਲਿਖਾਉਣ ਵਾਲੇ ਨਹੀਂ ਇਹ ਮੂਰਨੀਆਂ ਮੂਰਨੀਆਂ ਬਣਾਉਣ ਵਾਲੇ ਆ ਪੱਟ 'ਤੇ ਮੋਰਨੀ ਬਣਾ ਲਈ ਡੋਲੇ 'ਤੇ ਬਾਜ ਬਣਾ ਲਿਆ ਇਹ ਉਹ ਵਾਲੇ ਟੈਟੂ ਬਣਦੇ ਇੱਥੇ ਕੀ ਫੁੱਟਬਾਲ ਤੂੰ ਕੀ ਲੈਣਾ ਆ ਲੈ ਲਾ ਕੋਕਾ ਲੈ ਲਾ ਇੱਥੇ ਮਿਲ ਜਾਣਾ ਕੋਕਾ ਇੱਥੋਂ ਲੈ ਲਾ ਕਹਿੰਦੀ ਕੋਕਾ ਲੈਣਾ ਮੈਂ ਕਿਹਾ ਇੱਥੋਂ ਲੈ ਲਓ ਕਲਿੱਪ ਲੈ ਲਾ ਆਹ ਘੋਟਾ ਪੀਣਾ ਘੋਟਾ ਉਹ ਤਾਂ ਘੋਟਾ ਉਹ ਬਾਪੂ ਲਾਉਂਦਾ ਦਿਗੜ ਦਿਗੜ ਦਿਗਣ ਦਿਗਣੀ ਪੀਣਾ ਦਿਖਾਉਣਾ ਤੈਨੂੰ ਔਰ ਸਾਹਮਣੇ ਬਾਪੂ ਬੈਠਾ ਸੀ ਹਾਂ ਜੜੀ ਬੂਟੀ ਵੇਚਦਾ ਇਹ ਇੱਥੋਂ ਸਿੱਧੀ ਫਲੈਟ ਕਨੇਡਾ ਅਮਰੀਕਾ ਇੰਗਲੈਂਡ ਜਿੱਥੇ ਤੁਸੀਂ ਜਾਣਾ ਹੋਵੇ ਗਲਾਸ ਇੱਕ ਪੀਓ ਸਿੱਧੀ ਫਲੈਟ ਉੱਪਰ ਤੱਕ ਜੀ ਨਜ਼ਾਰੇ ਲੈਂਦੇ ਰਹੋਗੇ ਸਾਰਾ ਦਿਨ ਪੀਣਾ ਸ਼ੋਪਿੰਗ ਕਰਦੇ ਹੋਏ ਟੂ ਮਚ ਸ਼ੋਪਿੰਗ ਨਾ ਨਾ ਕਿੰਨੀ ਸਾਰੀ ਸ਼ੋਪਿੰਗ ਮਜ਼ਾ ਆ ਜਾਂਦਾ ਸੱਚੀ ਹੁਣ ਹਾਂਜੀ ਫੜ ਫੜ ਗੱਲ ਗੱਪੇ ਡਾਈਟ ਆ ਭਈਆ ਕਿੰਨੇ ਕੇ ਦੀਏ ਇਹ 10 ਕੇ 3 ਦਿਨ ਦਾ ਆਪਾਂ ਨੂੰ 10 ਕੇ 4 ਉਹ ਤਾਂ 10 ਕੇ 3 ਪੁੱਛ ਲਓ 10 ਕੇ 3 ਦੇ ਦਾ ਨਾ ਸਾਨੂੰ 10 ਕੇ 4 10 ਕੇ 2 ਵੀ ਹੈ ਪਰ ਸਾਨੂੰ 4 ਦੇ ਰਿਹਾ ਬਾਬੂ ਲੁੱਟ ਗਏ ਰੇ ਬਹੁਤਨ ਗਰਮੀ ਹੈ ਰੇ ਬਹੁਤਨ ਗਰਮੀ ਹੈ ਐਸਾ ਲਗਤ ਹੈ ਜੈਸੇ ਹਮ ਤੰਦੂਰੀ ਚਿਕਨ ਹੋਵਤ ਹੈ ਤੇ ਹਮ ਤੂੰ ਤੰਦੂਰੀ ਚਾਪ ਤੰਦੂਰੀ ਚਾਪ ਹੋਵਤ ਹੈ ਤੰਦੂਰੀ ਚਾਪ ਬਣ ਗਏ ਤਰੇ ਅਬ ਮੇਰੇ ਪੇ ਕਰੀਮ ਲਗਾਓ ਔਰ ਅਫਗਾਨੀ ਚਿਕਨ ਬਣਾ ਕੇ ਖਾ ਜਾਓ ਕਿਆ ਬਾਤ ਹੈ ਰੱਬ ਬਾਬਾ ਸਾਈਡ ਤੇ ਹਟ ਜਾ ਵਧੀਆ ਸ਼ੋਪਿੰਗ ਕਰ ਲਈ ਆਪਣੇ ਵਾਸਤੇ ਕਾਫੀ ਸਮਾਨ ਰੱਖਿਆ ਇਨਾ ਯਾਰ ਮੈਂ ਹਾਂ ਇਹ ਦੇਖੋ ਲੌਸਮੈਂਟ ਹੋਈ ਲੌਸਮੈਂਟ ਹੁੰਦੀ ਹੈ ਅਨਾਉਂਸਮੈਂਟ ਹੁੰਦੀ ਹੈ
ਅਨਾਉਂਸਮੈਂਟ ਤੇ ਪੰਜਾਬੀ ਚ ਅਨਾਉਂਸਮੈਂਟ ਅਨਾਉਂਸਮੈਂਟ ਹੋਈ ਸੀ ਸਾਡੇ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿੱਦਾਂ ਦਾ ਲੱਗਿਆ ਸਾਡਾ ਮੇਲਾ ਤੇ ਆਪਾਂ ਦਿਨੇ ਦਿਨੇ ਆ ਗਏ ਟਾਈਮ ਨਾਲ ਤਾਂ ਕਰਕੇ ਮੇਲਾ ਹਜੇ ਭਰਿਆ ਨਹੀਂ ਹੈਗਾ ਨਹੀਂ ਤਾਂ ਇਸ ਜਗ੍ਹਾ ਤੇ ਗੱਡੀ ਲੈ ਕੇ ਜਾਣਾ ਬੰਦ ਹੈ ਮਨਾਹੀ ਇਸ ਤੇ ਗੱਡੀ ਲੈ ਕੇ ਜਾ ਨਹੀਂ ਸਕਦੇ ਇੰਨਾ ਉਹ ਹੁੰਦਾ ਤੇ ਜੇ ਕਿਸੇ ਨੇ ਆਉਣਾ ਹੋਵੇ ਤੇ ਜੁਲਾਈ ਚ ਲੱਗਦਾ ਹੁੰਦਾ ਨਾ 21 22 23 ਹਾੜ ਨੂੰ ਮੇਲਾ ਲੱਗਦਾ ਹੈ ਗੁਰੂ ਅਰਜਨ ਦੇਵ ਜੀ ਦਾ ਵਿਆਹ ਹੈ ਤੇ ਠੰਡੇ ਮਿੱਠੇ ਜਲਦੀ ਛਬੀਲਾ ਪੀਣਾ ਨਹੀਂ ਗਾ ਨਹੀਂ ਮੈਂ ਜਲਜੀਰਾ ਪੀਊਂਗਾ ਕਿਤੇ ਮੈਨੂੰ ਮਿਲਿਆ ਤਾਂ ਅੱਛਾ ਤੁਸੀਂ ਉਹ ਕੱਲ ਗੱਲ ਕਰਦੇ ਸੀ ਨਾ ਉਦੋਂ ਜਦੋਂ ਮੈਨੂੰ ਲੈਣ ਆਏ ਉਦੋਂ ਹੀ ਕਹਿੰਦੇ ਸੀ ਨਾ ਜਲਜੀਰਾ ਪੀਤਾ ਉਹ ਤਾਂ ਜਲਜੀਰਾ ਪੀਤਾ ਸੀ ਛਬੀਲ ਲੱਗੀ ਹੈ ਨਾ ਯੈਸ ਇਦਾਂ ਹੀ ਰੌਣਕਾਂ ਲੱਗਦੀ ਰਹਿਣ ਪਿਛਲੇ ਸਾਲ ਲੱਗਾ ਨਹੀਂ ਸੀ ਮੇਲਾ ਤੇ ਬਹੁਤ ਮਿਸ ਕੀਤਾ ਸੀ ਇਸ ਸਾਲ ਲੱਗਿਆ ਹੁਣ ਚਲੋ ਦੇਖੋ ਮੇਰੇ ਭਾਗ ਵੀ ਮੈਂ ਆ ਗਈ ਅੱਜ ਦੇ ਦਿਨ ਮੇਲਾ ਦੇਖ ਲਿਆ ਮੈਂ ਯੈਸ ਕੋਕ ਪੀਣੀ ਹੈ ਕਿਸੇ ਨੇ ਕੋਕ ਦੀ ਛਬੀਲ ਦੇਖੋ ਆਇਆ ਸਿੱਖੀ ਇਹ ਆ ਸਾਡਾ ਵਿਰਸਾ ਦੇਖੋ ਕੋਈ ਪਰਵਾਹ ਨਹੀਂ ਕਰਦੇ ਹਨਾ ਪਿਆਸੇ ਨੂੰ ਬਸ ਇੱਕ ਸ਼ਰਧਾ ਆ ਕੋਕ ਆਪਾਂ ਕਹਿ ਦਈਏ ਕੋਕ ਨਹੀਂ ਹੈਗੀ ਬਟ ਇੱਕ ਸ਼ਰਧਾ ਆ ਕਿ ਵਧੀਆ ਤੋਂ ਵਧੀਆ ਚੀਜ਼ ਅਸੀਂ ਸੰਗਤ ਨੂੰ ਦੇਣੀ ਹੈ ਸੇਵਾ ਕਰਨੀ ਹੈ ਕੱਲ ਪਾਸਤੇ ਦਾ ਲੰਗਰ ਵੀ ਲੱਗਿਆ ਹੋਇਆ ਸੀ ਪਾਸਤੇ ਦਾ ਵੀ ਸੀ ਹਨਾ